ਹਾਂਜੀ ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਪਿਆਰੇ ਚੈਨਲ ਸਟੱਡੀ ਬਾਰਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਰਤੀ ਆਊਟ ਕਰ ਦਿੱਤੀ ਗਈ ਹੈ ਜਲਦੀ ਕਰੋ ਅਪਲਾਈ ਠੀਕ ਹੈ ਬਹੁਤ ਵੱਡੇ ਤੁਹਾਡੇ ਕੋਲ ਮੌਕੇ ਬੱਚਿਓ ਜੋ ਵੀ ਐਲੀਜੀਬਲ ਕੈਂਡੀਡੇਟ ਅਪਲਾਈ ਕਰਨਾ ਚਾਹੁੰਦੇ ਹਨ ਅਪਲਾਈ ਕਰ ਸਕਦੇ ਹੋ ਜੋ ਆਪਣਾ 2023 ਨਵੇਂ ਸਾਲ ਦੀ ਭਰਤੀ ਬੈਸਟ ਭਰਤੀ ਤੁਹਾਡੇ ਵਾਸਤੇ ਆਊਟ ਕੀਤੀ ਗਈ ਹੈ ਜੋ ਵੀ ਐਲੀਜੀਬਲ ਕੈਂਡੀਡੇਟ ਇਸ ਪੋਸਟ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਜੋ ਵੀ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਤੇ ਅਪਲਾਈ ਆਨਲਾਈਨ ਕਰਨਾ ਚਾਹੋ ਆਫਲਾਈਨ ਠੀਕ ਹੈ ਵੇਖੋ ਵੀਡੀਓ ਕਿਸ ਤਰ੍ਹਾਂ ਅਪਲਾਈ ਆਊਟ ਤੇ ਤੁਹਾਡੇ ਜੋ ਵੀ ਹੈਗੇ ਨੇ ਠੀਕ ਇਸ ਵੀਡੀਓ ਵਿੱਚ ਕਲੀਅਰ ਕਰਾਂਗਾ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿੱਪ ਨਹੀਂ ਕਰਨਾ ਚੈਨਲ ਤੇ ਪਰ ਬਿਲਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤ ਸਭ ਤੋਂ ਪਹਿਲਾਂ ਆਪਾਂ ਜੋ ਗੱਲ ਕਰੀਏ ਪੋਸਟ ਆਊਟ ਕੀਤੀ ਗਈ ਟੀਚਰ ਔਨ ਰੈਗੂਲਰ ਬੀਸਿਸ ਅਨਾਉਂਸਮੈਂਟ ਕੀਤੀ ਗਈ ਜੋ ਕਿ ਕੀਤੀ ਗਈ ਆਰਵੀ ਪਬਲਿਕ ਸਕੂਲ ਜਲੰਧਰ ਅਮਰitsar ਬਿਆਸ ਟਿਬਰੀ ਫਿਰੋਜ਼ਪੁਰ ਐਂਡ ਕਪੂਰਥਲਾ ਇੱਥੇ ਜੋ ਪੋਸਟਾਂ ਆਊਟ ਕੀਤੀਆਂ ਗਿਆ ਨੇ ਇੱਥੇ ਮੈਂਸ਼ਨ ਕੀਤਾ ਗਿਆ ਦਾ ਇੰਟਰਵਿਊ ਫਾਰ ਫਾਲੋਇੰਗ ਵੈਕੈਂਸੀ ਮੈਂਸ਼ਨ ਕੀਤਾ ਗਿਆ ਸਕੂਲ ਹੈਲਡ ਆਪਣਾ ਆਰਮੀ ਪਬਲਿਕ ਸਕੂਲ ਅਮਰਸਰ ਤੇ ਉਸ ਵਾਰ ਪੋਸਟਾਂ ਦੀ ਗੱਲ ਕਰੀ ਇੱਥੇ ਪੋਸਟਾਂ ਦਿੱਤੀਆਂ ਗਈਆਂ ਪੀਜੀਟੀ ਦੀਆਂ ਹੋਗੀਆਂ ਟੀਜੀਟੀ ਦੀਆਂ ਹੋਗੀਆਂ ਠੀਕ ਹੈ ਲੱਗ ਲੱਗ ਜੋ ਸਬਜੈਕਟਾਂ ਦੀ ਪੋਸਟਾਂ ਆਊਟ ਕੀਤੀ ਗਈ ਚੈੱਕ ਕਰ ਸਕਦੇ ਹੋ ਗਰੁੱਪ ਤੇ ਤਾਂ ਲਿੰਕ ਵੀ ਦਿੱਤਾ ਡਿਸਕ੍ਰਿਪਸ਼ਨ ਬਾਕਸ ਵਿੱਚ ਜਿਨ੍ਹਾਂ ਨੇ ਜੁਆਇਨ ਨਹੀਂ ਕੀਤਾਰ ਜੁਆਇਨ ਜ਼ਰੂਰ ਕਰ ਲੋ ਜਿਵੇਂ ਇੱਥੇ ਮੈਂਸ਼ਨ ਕੀਤਾ ਗਿਆ ਫਰੈਸ਼ ਕੈਂਡੀਡੇਟ ਦੀ ਉਮਰ ਹੈਗੀ 40 ਸਾਲ ਜੋ ਐਕਸਪੀਰੀਅੰਸ ਕੈਂਡੀਡੇਟ ਹੈਗੇ 57 ਸਾਲ ਤੱਕ ਅਪਲਾਈ ਕਰ ਸਕਦੇ ਨੇ ਤੇ ਐਜੂਕੇਸ਼ਨ ਕੁਆਲਿਫਿਕੇਸ਼ਨ ਹੋਵੇਗੀ ਅਸ ਪਰ ਜੋ CBSE ਇਹਨਾਂ ਦੇ ਜੋ ਵੀ ਰੂਲਸ ਨੇ ਠੀਕ ਉਹਨਾਂ ਅਸਾਰ ਹੋਵੇਗੀ ਤੇ ਉਸ ਪਰ CSB ਕੁਆਲਿਫਾਈਡ ਫਾਰ ਜੋ ਆਪਣੇਗਾ ਇੱਥੇ ਮੈਂਸ਼ਨ ਕੀਤਾ ਗਿਆ ਹੈ ਕੁਆਲਿਫਾਈਡ ਫਾਰ PGT TGT ਸੀਟ ਟੱਟ ਤੇ ਟੱਟ ਆਪਣਾ ਮੈਡਕਟਰੀ ਹੈਗਾ TGT ਪੋਸਟਾਂ ਵਾਸਤੇ ਬਾਕੀਆਂ ਵਾਸਤੇ ਨਹੀਂ ਹੈਗਾ ਤੇ ਉਸ ਵਾਰ ਆਪਾਂ ਗੱਲ ਕਰਦੇ ਹਾਂ ਅਪਲਾਈ ਕਰਨਾ ਜੀ ਆਫਲਾਈਨ ਅਪਲਾਈ ਕਰਨਾ ਨਦੀ ਜੋ ਸਕੂਲ ਦੀ ਵੈਬਸਾਈਟ ਹੈਗੀ ਹੈ www.army school asr.org.in ਇਸ ਤੇ ਵਿਜ਼ਿਟ ਕਰਕੇ ਤੁਸੀਂ ਜੋ ਇਹਨਾਂ ਦਾ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਸਕਦੇ ਹੋ ਉਸ ਨਾਲ ਜੋ ਵੀ ਤੁਹਾਡੇ ਗਨ ਡਾਕੂਮੈਂਟ ਉਸ ਦੀਆਂ ਫੋਟੋਕਾਪੀਨ 셀ਫ ਟੈਸਟਡ ਕਰਕੇ ਨਾਲ ਅਟੈਚਮੈਂਟ ਕਰਕੇ ਤੇ ਲਾਸਟ ਡੇਟ 16 ਜਨਵਰੀ 2023 ਤੋਂ ਪਹਿਲਾਂ ਪਹਿਲ ਤੁਸੀਂ ਅਪਲਾਈ ਕਰ ਲੈਣਾ 100 ਰੁਪਏ ਫੀਸ ਰੱਖੀ ਗਈ ਹੈ ਜੋ ਤੁਸੀਂ ਬਣਾਉਣਾ ਜੀ ਬੈਂਕ ਡਰਾਫਟ ਜੋ ਬਣਾਉਣਾ ਆਰਮੀ ਪਬਲਿਕ ਸਕੂਲ ਅੰਮ੍ਰਿਤਸਰ ਦੇ ਨਾਮ ਤੇ ਬਣਾਉਣਾ ਹੋਵੇਗਾ ਤੇ ਜੋ ਇੱਥੇ ਮੈਂਸ਼ਨ ਕੀਤਾਗਾ ਓਨਲੀ ਜੋ ਸ਼ਾਰਟਲਿਸਟ ਕੈਂਡੀਡੇਟ ਹੋ ਉਹਨਾਂ ਕੇ ਕਾਲਡ ਫੋਰ ਟੂ ਇੰਟਰਵਿਊ ਵਾਸਤੇ ਬੁਲਾਇਆ ਜਾਵੇਗਾ ਟੈਲੀਫੋਨ ਕਰਕੇ ਜਾਂ ਫਾਰਵਰਡ ਬਾਇ ਜੋ ਈਮੇਲ ਆਏਗੀ ਤੁਸੀਂ ਮੈਂਸ਼ਨ ਕੀਤੀ ਗਈ ਉਸਤੇ ਜੋ ਡੇਟ ਟਾਈਮ ਤੁਹਾਨੂੰ ਭੇਜ ਦਿੱਤਾ ਜਾਵੇਗਾ ਕੋਈ ਤੁਹਾਨੂੰ ਟੀ.ਆਰ.ਡੀ.ਏ ਨਹੀਂ ਦਿੱਤਾ ਜਾਵੇਗਾ ਤੇ ਇਹ ਜਾਣਕਾਰੀ ਸੀ ਜੋ ਭਰਤੀ ਆਊਟ ਕੀਤੀ ਗਈ ਤੁਹਾਡਾਂ ਨਾਲ ਕੇ ਸਾਂਝਾ ਕਰਨਾ ਚਾਹੁੰਦਾ ਸੀ ਤੇ ਬਾਕੀ ਇਹਨਾਂ ਹੈਲਪਲਾਈਨ ਨੰਬਰ ਦਿੱਤਾ ਟੈਲੀਫੋਨ ਨੰਬਰ ਦਿੱਤਾ ਇਸਤੇ ਕਾਲ ਕਰਕੇ ਤੁਸੀਂ ਹੋਰ ਵੀ ਜ਼ਰੂਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਜਾਣਕਾਰੀ ਸੀ ਅਪਡੇਟਸ ਤੁਹਾਡਾਂ ਨਾਲ ਜਾਣਕਾਰੀ ਸਾਂਝਾ ਕਰਨਾ ਚਾਹੁੰਦਾ ਸੀ ਜੇਕਰ ਤੁਹਾਡਾਂ ਮਨ ਚ ਕੋਈ ਵੀ ਡਾਊਟ ਕੋਈ